गाइस मैं 2-3 दिन पहले शॉपिंग करने गई सी बाजार, गर्म जैकटा वगैरह लेनिया सी सईद दी, तो हमायों सईद दी जैकेट ली आ, सईद दियां शालां ली आ, अपनियां जर्सियां ली आ, ते दो अपने कैप ले आ, तो हुण तुहानू दिखाने आ कि केड़ी मैं शॉपिंग कीती आ। ਇਹ ਜੈਕਟ ਆ, ਇਹ ਵਾਲੀ ਇਹ ਜੈਕਟ ਸਹੀ ਦੀ ਆਂਦੀ ਆ। ਇਹ ਜਿਹੜੀ ਜੈਕਟ ਆ ਨਾ, ਇਹ ਹਮਾਇਓ ਸਹੀ ਦੀ ਆ, ਇਹ ਵਾਲੀ, ਤੇ ਉਹ ਜਿਹੜੀ ਛਾਲਾਂ ਦੇ ਥੱਲੇ ਆ ਗਈ ਆ, ਉਹ ਇਹ ਵਾਲੀ ਜੈਕਟ ਜਿਹੜੀ ਆ, ਇਹ ਸਹੀ ਦੀ ਆ। ਸਹੀ ਦੀ ਜੈਕਟ ਜਿਹੜੀ ਆ, ਇਹ ਫੁੱਲ ਬਾਜ਼ੂ ਆ, ਤੇ ਇਹ ਜਿਹੜੀ ਹਮਾਇਓ ਸਹੀ ਦੀ ਆ, ਇਹਦੇ ਹਾਫ ਬਾਜ਼ੂ ਆ। ਇਹ ਮੈਨੂੰ ਬਹੁਤ ਪਿਆਰੀ ਜੈਕਟ ਲੱਗੀ ਸੀ। ਪਹਿਲੇ ਮਾਈਆਂ ਦੇ ਕੋਲ ਦੂਸਰੇ ਆ ਅਪਰ ਆ, ਤੇ ਇਹ ਜਿਹੜੀ ਆ ਜੈਕਟ, ਇਹ ਜੈਕਟ ਦਾ ਕਲਰ ਵੀ ਬਹੁਤ ਪਿਆਰਾ ਵਾ। ਸਹੀ ਦਾ ਵੀ ਜੈਕਟ ਦਾ ਵੀ ਫੌਜੀ ਜਿਹਾ ਕਲਰ ਆ, ਤੇ ਉਹ ਪਿਆਰਾ ਬਹੁਤ, ਇਹ ਵੀ ਬਹੁਤ ਪਿਆਰਾ। ਮੈਨੂੰ ਦੋਨੋਂ ਜੈਕਟਾਂ ਦੇ ਨਾ ਕਲਰ ਸਹੀ ਲੱਗੇ, ਤੇ ਫਿਰ ਮੈਂ ਇਹ ਲੈ ਲਈਆਂ ਦੋ ਜੈਕਟਾਂ। ਇਹ ਮੇਰੀ ਜਰਸੀ ਆ, ਇਹ ਵਾਲੀ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵੀਵਰਸ, ਕੀ ਹਾਲ ਹੈ ਤੁਹਾਡਾ? ਵੀਵਰ, ਅਸੀਂ ਸਭ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਕਿ ਹਮਾਈਆਂ ਦੀ ਮੰਮਾ ਸ਼ਹਿਰ ਤੋਂ ਸ਼ੋਪਿੰਗ ਕਰਕੇ ਆਏ ਸੀ। ਉਹ ਦਿਖਾਵਾਂਗੇ ਵੀ ਕੀ ਸ਼ੋਪਿੰਗ ਕਰਕੇ ਆਏ ਆ, ਕੋਈ ਛਾਲਾਂ ਵਗੈਰਾ ਸਰਦੀਆਂ ਦਾ ਸਮਾਨ ਲੈ ਕੇ ਆਏ ਸੀ, ਛਾਲਾਂ ਔਰ ਜੈਕਟ ਵਗੈਰਾ, ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਬੈੱਲ ਦਾ ਬਟਨ ਨੂੰ ਪ੍ਰੈਸ ਕਰਨਾ, ਅਤੇ ਤਾਂ ਕਿ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਬਰੋਬਰ ਪਹੁੰਚੇ। ਗਾਇਜ਼ ਮੈਂ 2-3 ਦਿਨ ਪਹਿਲੇ ਸ਼ੋਪਿੰਗ ਕਰਨ ਗਈ ਸੀ ਬਾਜ਼ਾਰ, ਗਰਮ ਜੈਕਟਾਂ ਵਗੈਰਾ ਲੈਣੀਆਂ ਸੀ ਸਈਦ ਦੀ, ਤਾਂ ਹਮਾਇਓ ਸਈਦ ਦੀ ਜੈਕਟ ਲਈ ਆ, ਸਈਦ ਦੀਆਂ ਛਾਲਾਂ ਲਈਆਂ ਆ, ਆਪਣੀਆਂ ਜਰਸੀਆਂ ਲਈਆਂ ਵਾ, ਤੇ ਦੋ ਆਪਣੇ ਕੈਪ ਲਏ ਆ, ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੀ ਮੈਂ ਸ਼ੋਪਿੰਗ ਕੀਤੀ ਆ। ਇਹ ਜੈਕਟ ਆ, ਇਹ ਵਾਲੀ, ਇਹ ਜੈਕਟ ਸਹੀ ਦੀ ਆਉਂਦੀ ਆ, ਇਸ ਤੋਂ ਬਾਅਦ ਇਹ ਸਹੀ ਦੀ ਸ਼ਾਲ ਆ, ਗਰਮ ਸ਼ਾਲਾਂ ਤਾਂ ਪਹਿਲੇ ਵੀ ਇਹਦੇ ਕੋਲ 3-4 ਹੈਗੀਆਂ ਸੀ, ਪਰ ਮੈਨੂੰ ਸਹੀ ਲੱਗੀਆਂ ਤੇ ਮੈਂ ਲੈ ਲਈਆਂ। ਆ ਪਿਓਰ ਉੱਨ ਦੀ ਆ, ਇਹ ਡਾਰਕ ਬਲੂ ਕਲਰ ਆ, ਪਿਓਰ ਉੱਨ ਦੀ ਆ ਸ਼ਾਲ, ਦੇਖੋ ਕਲਰ ਬਹੁਤ ਪਿਆਰਾ ਸੀ ਇਹ ਵਾਲਾ। ਸ਼ਾਲ ਵੀ ਚੰਗੀ ਵੱਡੀ ਸ਼ਾਲ ਆ, ਮਰਦਾਨਾ ਸ਼ਾਲ, ਸ਼ਾਲ ਕਾਫੀ ਬੜੀ ਹੈ ਜੀ, ਇਹਦੇ ਵਿੱਚ ਸਰਦੀ ਨਹੀਂ ਲੱਗ ਸਕਦੀ ਬਿਲਕੁਲ ਵੀ। ਤੇ ਇੱਕ ਇਹ ਸ਼ਾਲ ਆ, ਬੈਲਵਰ ਦੀ ਸ਼ਾਲ ਆ, ਇਹ ਵੀ ਸਈਦ ਦੀ ਸ਼ਾਲ ਆ, ਇਹ ਵੀ ਮੈਨੂੰ ਪਸੰਦ ਆ ਗਈ ਸੀ ਤੇ ਫਿਰ ਮੈਂ ਲੈ ਲਈ। ਮੈਂ ਕਿਹਾ ਇਹ ਬਹੁਤ ਸੋਫਟ ਆ ਕੱਪੜਾ, ਤੇ ਇਹ ਵੀ ਕਾਫੀ ਬੜੀ ਸ਼ਾਲ ਆ, ਤੇ ਇਹ ਵੀ ਮਰਦਾਨਾ ਸ਼ਾਲ ਆ, ਇਹ ਇਹ ਬੈਲਵਰ ਦੀ ਸ਼ਾਲ ਆ, ਡੋਰੀਆਂ ਵੱਟੀਆਂ ਹੋਈਆਂ ਆ, ਬਹੁਤ ਪਿਆਰੀ ਸ਼ਾਲ ਹੈ ਵਾਲੀ ਨਾ। ਇਹਦੀ ਬੁੱਕਲ ਉਤਰਦੀ ਆ, ਇਹ ਵੀ ਪਿਓਰ ਦੂਸਰੀ ਆ ਬੈਲਵਟ, ਇਹ ਜਿਹੜੀ ਇਹ ਪਿਓਰ ਉੱਨ ਆ, ਇਹਦੀ ਬੁੱਕਲ ਵੀ ਨਹੀਂ ਉਤਰਦੀ, ਬਹੁਤ ਜ਼ਬਰਦਸਤ ਛਾਲਾਂ ਵਾ ਇਹ। ਇੱਕ ਵੈਲਵਟ ਦੀ ਸ਼ਾਲ ਹੈ ਜੀ, ਪੁੰਬਲ ਵੱਟੇ ਆ ਨਾਲ, ਇਹਦੇ ਜਾਲੀ ਵੀ ਬਣੀ ਹੋਈ ਹੈ, ਇਹ ਦੇਖ ਸਕਦੇ ਆ, ਜਾਲੀ ਬਣੀ, ਪੁੰਬਲ ਬਣੇ ਆ ਇਹਦੇ, ਇਕੱਲੇ ਪੁੰਬਲ। ਤੇ ਇੱਕ ਸ਼ਾਲ ਹੈ, ਮੈਨੂੰ ਇਹ ਵੀ ਸਈਦ ਦੇ ਵਾਸਤੇ ਪਸੰਦ ਆ ਗਈ, ਕਿਉਂਕਿ ਸ਼ੋਪਿੰਗ ਕਰਨ ਦਾ ਮੈਨੂੰ ਬਹੁਤ ਸ਼ੌਕ ਆ, ਮੈਂ ਕਦੀ ਕੰਜੂਸੀ ਨਹੀਂ ਕੀਤੀ, ਨਾ ਮੈਨੂੰ ਜੇ ਕੰਜੂਸ ਔਰਤਾਂ ਚੰਗੀਆਂ ਹੀ ਲੱਗਦੀਆਂ ਵਾ। ਜਦੋਂ ਮੈਂ ਸ਼ੋਪਿੰਗ ਕਰਨੀ ਆ ਨਾ, ਫਿਰ ਮੈਂ ਕਰ ਲੈਣੀ, ਫਿਰ ਨਹੀਂ ਮੈਂ ਦੇਖਣਾ ਕਿ ਇਹ ਤੀਸਰੇ ਨੰਬਰ ਵਾਲੀ ਸ਼ੋਲ ਆ ਸਈਦ ਦੀ,
ਇਹਦੇ ਐਨ ਕਰਕੇ ਬਣੇ ਹੋਇਆ ਆ ਜਿਹੜੀ ਚੀਜ਼ ਆ ਉੱਨ ਦੀ ਆ, ਇਹ ਵੀ ਪਿਓਰ ਉੱਨ ਆ। ਇਹਦੀ ਵੀ ਆਹ ਪੱਟੀ ਬਹੁਤ ਜ਼ਬਰਦਸਤ ਹੈ ਵਾਲੀ, ਅਤੇ ਇਹਦੀ ਵੀ ਜ਼ਬਰਦਸਤ ਪੱਟੀ ਆ, ਇਹਦੀ ਵੀ ਬਹੁਤ ਬਿਹਤਰੀਨ ਸ਼ਾਲਾਂ ਵਾ ਵਾਲੀਆਂ। ਹੁਣ ਸਈਦ ਦੇ ਕੋਲ ਨਾ 6 ਸ਼ਾਲਾਂ ਹੋ ਗਈਆਂ, 3 ਘਰ ਲਾਈਆਂ ਵਾ, 3 ਨਾ ਬਾਹਰ ਅੰਦਰ ਨਿਕਲ ਨੂੰ। ਇਹ ਸ਼ਾਲ ਮੈਨੂੰ ਪਸੰਦ ਆ ਗਈ ਸੀ, ਮੇਰੇ ਕੋਲ ਵੀ 7-8 ਸ਼ਾਲਾਂ ਪਹਿਲੇ ਹੈਗੀਆਂ ਸੀਗੀਆਂ। ਇਹਦੀ ਨਾ ਸ਼ਾਲ ਦੀ ਆਹ ਜਿਹੜੀ ਇਸ ਕਲਰ ਦੀ ਪੱਟੀ ਸੀ ਨਾ, ਇਹ ਮੈਂ ਕਈ ਔਰਤਾਂ ਦੇ ਲਈ ਦੇਖੀ ਸੀਗੀ ਕਿ ਬਹੁਤ ਪਿਆਰੀ ਲੱਗਦੀ ਸੀ, ਇਹ ਕਲਰ ਦੀ ਸ਼ਾਲ। ਇਹ ਸ਼ਾਲ ਮੈਂ ਆਪਣੇ ਵਾਸਤੇ ਲਈ ਹੈ ਕਿਉਂਕਿ ਪਹਿਲੇ ਵੀ ਕਾਫੀ ਸ਼ਾਲਾਂ ਸੀਗੀਆਂ। ਇਹ ਲੇਡੀਜ਼ ਸ਼ਾਲ ਤੇ ਇਹ ਹਮਾਇਓ ਸਈਦ ਵਾਸਤੇ ਨਾ ਲਿਆ ਦੂਸਰਾ ਜੈਕਟ। ਪਹਿਲੇ ਇਹ ਜਿਹੜੀ ਜੈਕਟ ਆ ਨਾ, ਇਹ ਹਮਾਇਓ ਸਈਦ ਦੀ ਆ ਇਹ ਵਾਲੀ, ਤੇ ਉਹ ਜਿਹੜੀ ਸ਼ਾਲਾਂ ਦੇ ਥੱਲੇ ਆ ਗਈ ਆ ਉਹ ਇਹ ਵਾਲੀ ਜੈਕਟ ਜਿਹੜੀ ਆ ਇਹ ਸਈਦ ਦੀ ਆ। ਸਈਦ ਦੀ ਜੈਕਟ ਜਿਹੜੀ ਆ ਇਹ ਫੁੱਲ ਬਾਜ਼ੂ ਆ, ਤੇ ਇਹ ਜਿਹੜੀ ਹਮਾਇਓ ਸਈਦ ਦੀ ਆ ਇਹਦੇ ਹਾਫ ਬਾਜ਼ੂ ਆ। ਤੇ ਇਹ ਮੈਨੂੰ ਬਹੁਤ ਪਿਆਰੀ ਜੈਕਟ ਲੱਗੀ ਸੀ। ਪਹਿਲੇ ਹਮਾਇਓ ਦੇ ਕੋਲ ਦੂਸਰੇ ਆ ਅੱਪਰ ਆ, ਤੇ ਇਹ ਜਿਹੜੀ ਆ ਜੈਕਟ, ਇਹ ਜੈਕਟ ਦਾ ਕਲਰ ਵੀ ਬਹੁਤ ਪਿਆਰਾ ਵਾ। ਸਈਦ ਵਾਲੀ ਜੈਕਟ ਦਾ ਵੀ ਫੌਜੀ ਜਿਹਾ ਕਲਰ ਆ ਤੇ ਉਹ ਪਿਆਰਾ ਬਹੁਤ, ਇਹ ਵੀ ਬਹੁਤ ਪਿਆਰਾ। ਮੈਨੂੰ ਦੋਨੋਂ ਜੈਕਟਾਂ ਦੇ ਨਾ ਕਲਰ ਸਹੀ ਲੱਗੇ ਤੇ ਫਿਰ ਮੈਂ ਇਹ ਲੈ ਲਈਆਂ ਦੋ ਜੈਕਟਾਂ। ਇਹ ਮੇਰੀ ਜਰਸੀ ਆ ਇਹ ਵਾਲੀ, ਇਹ ਜਰਸੀ ਦਾ ਕਲਰ ਵੀ ਬਹੁਤ ਪਿਆਰਾ ਲੱਗਾ। ਮੈਂ ਹਰ ਸਾਲ ਨਾ 2 ਜਾਂ 3 ਜਰਸੀਆਂ ਤਾਂ ਲਾਜ਼ਮੀ ਲੈਣੀਆਂ ਹੁੰਦੀਆਂ। ਮੇਰੇ ਕੋਲ 7-8 ਜਰਸੀਆਂ ਹੋ ਗਈਆਂ, ਜਿਨ੍ਹਾਂ ਦੇ ਵਿੱਚੋਂ 2-3 ਮੇਰੇ ਰਿਸ਼ਤੇਦਾਰ ਆਈਆਂ ਸੀਗੀਆਂ, ਉਹਨਾਂ ਨੂੰ ਕਲਰ ਪਸੰਦ ਆ ਗਏ, ਉਹਨਾਂ ਨੇ ਲੈ ਲਈਆਂ। ਅਤੇ ਹੁਣ ਮੇਰਾ ਕੋਈ ਇਰਾਦਾ ਨਹੀਂ ਸੀ, ਮੇਰੇ ਕੋਲ ਪਹਿਲੇ ਵੀ ਹੈਗੀਆਂ 5-6 ਜਰਸੀਆਂ। ਫਿਰ ਮੈਂ ਨਾ ਬਾਜ਼ਾਰ ਗਈ ਅਤੇ ਮੈਂ ਕਿਹਾ ਚੱਲ ਹੁਣ ਆਹ ਜਰਸੀਆਂ ਮੈਨੂੰ ਨਾ ਸਹੀ ਲੱਗੀਆਂ ਅਤੇ ਮੈਂ ਲੈ ਲਈਆਂ। ਇਹ ਕਹਿ ਵਾਲੀ ਆ, ਆਹ ਲੌਂਗ ਆ, ਬਹੁਤ ਜ਼ਿਆਦਾ ਲੌਂਗ ਨਹੀਂ ਕਿਉਂਕਿ ਬਹੁਤ ਜ਼ਿਆਦਾ ਲੌਂਗ ਨਹੀਂ ਅੱਛੀ ਲੱਗਦੀ, ਅਤੇ ਦਰਮਿਆਨੀ ਲੌਂਗ ਹੈ ਵਾਲੀ। ਅਤੇ ਇਹ ਜਿਹੜੀ ਆ ਸ਼ੋਰਟ ਆ, ਇਹ ਵੀ ਬਹੁਤ ਪਿਆਰੀ ਜਰਸੀ ਆ। ਇਹ ਵੀ ਪਿਓਰ ਉੱਨ ਆ, ਅਤੇ ਇਹਦੇ ਵਿੱਚ ਬੈਲਵਟ ਆ, ਆਹ ਬੈਲਵਟ ਵਾਲੀ ਉੱਨ ਆ ਇਹ ਵਾਲੀ। ਤਾਂ ਉਹ ਜਿਹੜੀ ਆ ਨੀਚੇ ਵਾਲੀ ਜਰਸੀ ਆ ਇਹ ਪਿਓਰ ਉੱਨ ਆ, ਅਤੇ ਇਹ ਬੈਲਵਟ ਵਾਲੀ ਉੱਨ ਆ। ਇਹ ਸ਼ੋਰਟ ਜਰਸੀ ਆ, ਇਹ ਵੀ ਮੈਨੂੰ ਬਹੁਤ ਪਿਆਰੀ ਲੱਗੀ। ਇਹਦੇ ਉੱਤੇ ਨਾ ਇਹ ਕਾਲਰ ਬਣਿਆ ਆ, ਬਹੁਤ ਜ਼ਬਰਦਸਤ ਜਰਸੀ ਹੈ। ਅਤੇ ਇੱਕ ਮੈਂ ਨੈੱਟ 'ਤੇ ਨਾ ਅਕਸਰ ਟੋਪੀ ਦੇਖਦੀ ਹੁੰਦੀ ਸੀ ਟੋਪੀਆਂ, ਅਤੇ ਉਹ ਟੋਪੀ ਮੈਨੂੰ ਨਾ ਇੱਥੋਂ ਸਾਦਕਾਬਾਦ ਤੋਂ ਮਿਲਦੀ ਨਹੀਂ ਸੀ। ਕੱਲ੍ਹ ਨਾ ਮੈਨੂੰ ਇੱਕ ਦੁਕਾਨ ਤੋਂ ਇਹ ਟੋਪੀ ਮਿਲੀ, ਮੋਟੀ ਮੋਟੀ ਉੱਨ ਵਾਲੀ ਆ, ਅਤੇ ਇਹ ਟੋਪੀ ਫਿਰ ਮੈਂ ਨਾ ਲੈ ਲਈ। ਅਤੇ ਬਹੁਤ ਜ਼ਬਰਦਸਤ ਕੈਪ ਆਏ, ਅਤੇ ਕਲਰ ਵੀ ਸੋਹਣੇ ਆ ਉਹ ਮੋਟੀ ਮੋਟੀ ਉੱਨ ਆ ਨਾ। ਨੈੱਟ 'ਤੇ ਇੱਦਾਂ ਦੇ ਬੱਚਿਆਂ ਦੀਆਂ ਜਾਂ ਔਰਤਾਂ ਦੀਆਂ ਲਈਆਂ ਹੁੰਦੀਆਂ ਨਾ, ਬਹੁਤ ਜ਼ਬਰਦਸਤ ਲੱਗਦੀਆਂ ਸੀ। ਪਹਿਲੇ 4-5 ਸਾਲ ਪੁਰਾਣੀ ਟੋਪੀ ਮੇਰੇ ਕੋਲ ਆ, ਅਤੇ ਇਹ ਮੈਨੂੰ ਹੁਣ ਇੰਨੀ ਅੱਛੀ ਨਹੀਂ ਸੀ ਲੱਗਦੀ, ਅਤੇ ਹੁਣ ਇਹ ਵਾਲੀ ਆ, ਅਤੇ ਇਹ ਬਹੁਤੀ ਪਿਆਰੀ, ਕਲਰ ਵੀ ਪਿਆਰੇ ਆ, ਉੱਨ ਵੀ ਮੋਟੀ ਮੋਟੀ ਬਣੀ ਆ। ਜਦੋਂ ਇੱਦਾਂ ਦਾ ਰਿਵਾਜ਼ ਸੀਗਾ ਉਦੋਂ ਲਈ ਸੀਗੀ। ਅਤੇ ਇਹ ਜਰਸੀਆਂ ਵਾ ਸਾਡੀਆਂ, ਅਤੇ ਆਹ ਹਮਾਇਓ ਸਾਈਦ ਦੀ ਜੈਕਟ ਆ, ਅਤੇ ਇਹ ਸ਼ਾਲ ਮੇਰੀ ਆ, ਇਹ ਸ਼ਾਲ ਲੇਡੀਜ਼ ਆ, ਅਤੇ ਇਹ ਸ਼ਾਲਾਂ ਜਿਹੜੀਆਂ ਵਾ ਨਾ, ਇਹ 3 ਸ਼ਾਲ ਆ ਇਹ ਸਈਦ ਦੀਆਂ ਵਾ ਇਹ ਵਾਲੀਆਂ। ਇਹ ਵੀ ਰੰਗ ਹੈਗਾ ਖਾਕੀ ਜਿਹਾ, ਇਹ ਵੀ ਪਿਓਰ ਉੱਨ ਆ ਸਈਦ ਦੀ ਸ਼ਾਲ ਦੀ, ਆਹ ਪਿਓਰ ਬੈਲਵਟ ਦੇ ਵਿੱਚ ਆ ਇਹ ਕਲਰ, ਆਹ ਨੀਲੀ ਆ ਨੇਵੀ ਬਲੂ, ਇਹ ਵੀ ਬਹੁਤ ਪਿਆਰੀ ਆ ਇਹ ਵਾਲੀ। ਇਹ ਸਈਦ ਦੀ ਜੈਕਟ ਆ ਗਾਈਸ, ਤੁਸੀਂ ਦੇਖ ਸਕਦੇ ਆ। ਅਗਰ ਤੁਹਾਨੂੰ ਸਾਡੀ ਸ਼ੋਪਿੰਗ ਨਾ ਅੱਛੀ ਲੱਗੇ ਜਾਂ ਜਿਵੇਂ ਦੀ ਲੱਗੇ ਨਾ, ਤੁਸੀਂ ਕਮੈਂਟ ਬਾਕਸ ਦੇ ਵਿੱਚ ਨਾ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਿ ਜੈਕਟਾਂ ਕਿੱਦਾਂ ਦੀਆਂ ਵਾ, ਸ਼ਾਲਾਂ ਕਿੱਦਾਂ ਦੀਆਂ ਵਾ, ਟੋਪੀਆਂ ਕਿਵੇਂ ਦੀਆਂ, ਕੈਪ ਜਿਹੜੇ ਮੈਂ ਲਏ ਆ। ਤਾਂ ਮੈਂ ਤਾਂ ਆਪਣੇ ਵੱਲੋਂ ਬਹੁਤ ਜ਼ਬਰਦਸਤ ਸ਼ੋਪਿੰਗ ਕੀਤੀ ਆ, ਅਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਸ਼ੋਪਿੰਗ ਕੀਤੀਆਂ ਨਾ ਮੈਨੂੰ ਅੱਛੀਆਂ ਲੱਗਦੀਆਂ ਸੀ, ਅਤੇ ਮੈਂ ਲੈ ਲਈਆਂ।
ਲੇਕਿਨ ਤੁਸੀਂ ਜ਼ਰੂਰ ਦੱਸਣਾ ਵਾ ਕਿਵੇਂ ਸ਼ੋਪਿੰਗ ਆ ਤੇ ਸਾਨੂੰ ਇਜਾਜ਼ਤ ਦਿਓ। ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਬੈੱਲ ਦੇ ਬਟਨ ਨੂੰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਬਰਵਕਤ ਪਹੁੰਚੇ। ਅੱਲਾ ਹਾਫਿਜ਼।